ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ, ਆਈ ਹੋਈ ਸੰਗਤ ਨੂੰ ਮੇਰੀ ਜੈ ਮਸੀਹ ਦੀ, ਔਰ ਈਸਟਰ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ। ਪ੍ਰਭੂ ਦੇ ਦਾਸ ਔਰ ਦਾਸੀ ਨੂੰ ਜੈ ਮਸੀਹ ਦੀ। ਜੋ ਪਾਸਟਰ ਜੀ ਸਾਡੇ ਵਿਚਕਾਰ ਆਏ ਹੋ ਬਾਹਰ ਤੋਂ, ਉਹਨਾਂ ਨੂੰ ਵੀ ਜੈ ਮਸੀਹ ਦੀ। ਮੇਰੀ ਗਵਾਹੀ ਇਹ ਹੈ ਕਿ ਇਹ ਮੇਰੀ ਭਾਬੀ ਜੀ ਆ, ਇਹਨਾਂ ਦੇ ਬੇਟੀ ਹੋਣ ਦੇ ਟਾਈਮ ਇਹਨਾਂ ਨੂੰ ਬਹੁਤ ਜ਼ਿਆਦਾ ਮਤਲਬ ਪ੍ਰੋਬਲਮ ਹੋਈ ਸੀਗੀ। ਇਹਨਾਂ ਨੂੰ ਜਦੋਂ ਹੋਸਪਿਟਲ ਵਿੱਚ ਅਸੀਂ ਜਲੰਧਰ ਲੈ ਕੇ ਗਏ, ਤੇ ਇਹਨਾਂ ਨੂੰ ਆਪਾਂ ਡਿਲੀਵਰੀ ਦਾ ਪੂਰਾ ਪੂਰਾ ਟਾਈਮ ਸੀਗਾ, ਇਹਨਾਂ ਨੂੰ ਲੈ ਕੇ ਗਏ ਤੇ ਇਹਨਾਂ ਨੂੰ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੋਸਪਿਟਲ ਵਾਲਿਆਂ ਨੇ ਡਿਲੀਵਰੀ ਰੂਮ ਦੇ ਵਿੱਚ ਰੱਖਿਆ। ਤੇ ਇਹਨਾਂ ਤੋਂ ਪਹਿਲਾਂ ਕੋਈ ਕਮ ਸੇ ਕਮ 20 ਜਣਿਆਂ ਦੀਆਂ ਡਿਲੀਵਰੀਆਂ ਹੋਈਆਂ, ਤੇ ਇਹਨਾਂ ਦੀ ਐਂਡ ਵਿੱਚ ਸੀਗੀ, ਜਦਕਿ ਇਹਨਾਂ ਦੀ ਸਭ ਤੋਂ ਪਹਿਲਾਂ ਹੋਣੀ ਸੀਗੀ, ਪਹਿਲਾ ਨੰਬਰ ਸੀ ਇਹਨਾਂ ਦਾ, ਪਰ ਉਹਨਾਂ ਨੇ ਇਹਨਾਂ ਨੂੰ ਐਂਡ ਵਿੱਚ ਕਰ ਦਿੱਤਾ। ਜਦੋਂ ਸਾਰਿਆਂ ਦੀ ਡਿਲੀਵਰੀ ਹੋ ਗਈ ਤੇ ਇਹਨਾਂ ਨੂੰ ਬਾਹਰ ਕੱਢ ਦਿੱਤਾ, ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਇਹਨਾਂ ਦੀ ਡਿਲੀਵਰੀ ਕਿਉਂ ਨਹੀਂ ਕੀਤੀ, ਤੇ ਉਹਨਾਂ ਨੇ ਇਹ ਗੱਲ ਕਹੀ ਕਿ ਆਏ ਦੀਆਂ ਰਿਪੋਰਟਾਂ ਦੇਖੋ, ਇਹਦੇ ਵਿੱਚ ਇਹਨੂੰ HIV ਆਇਆ ਹੈ, ਜਦਕਿ ਅਸੀਂ ਇਹਦੀ ਡਿਲੀਵਰੀ ਨਹੀਂ ਕਰ ਸਕਦੇ। ਤੇ ਅਸੀਂ ਸਾਰਾ ਇਹਨਾਂ ਦੀ ਫੈਮਿਲੀ ਵੀ ਔਰ ਮੈਂ ਵੀ ਸੀ ਉੱਥੇ, ਅਸੀਂ ਸਾਰੇ ਰੋਣ ਲੱਗ ਪਏ ਤੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ। ਤੇ ਮੇਰੇ ਦਿਮਾਗ 'ਚ ਉਸ ਟਾਈਮ ਕੁਛ ਨਹੀਂ ਆਇਆ, ਮੈਂ ਫੋਨ ਲਗਾਇਆ ਪਾਸਟਰ ਜੀ ਨੂੰ, ਪਾਸਟਰ ਜੀ ਨੇ ਪ੍ਰੇਅਰ ਕੀਤੀ ਕਿ ਕਹਿੰਦੇ ਸਰ ਜੀ ਤੁਸੀਂ ਰੋਵੋ ਨਾ, ਕੋਈ ਗੱਲ ਨਹੀਂ, ਅਸੀਂ ਪ੍ਰੇਅਰ ਕਰਦੇ ਹਾਂ। ਪ੍ਰੇਅਰ ਕੀਤੀ, ਸ਼ਾਮ ਦਾ 5 ਵਜੇ ਦਾ ਟਾਈਮ ਸੀਗਾ, ਹੋਸਪਿਟਲ ਦੀਆਂ ਸਾਰੀਆਂ ਜੋ ਲੈਬੋਰਟਰੀਆਂ ਆ ਉਹ ਵੀ ਬੰਦ ਕਰਕੇ ਉਹ ਚਲੇ ਗਏ ਸੀਗੇ, ਤੇ ਅਸੀਂ ਬਹੁਤ ਜ਼ਿਆਦਾ ਹੀ ਪਰੇਸ਼ਾਨ ਹੋ ਗਏ। ਤੇ ਮੈਨੂੰ ਸਮਝ ਨਾ ਆਏ ਕਿ ਮੈਂ ਕੀ ਕਰਾਂ। ਪਾਸਟਰ ਜੀ ਨੇ ਮੈਨੂੰ ਹੌਸਲਾ ਦਿਲਾਸਾ ਦਿੱਤਾ ਕਿ ਕਹਿੰਦੇ ਤੁਸੀਂ ਟੈਨਸ਼ਨ ਨਾ ਲਓ, ਤੁਸੀਂ ਦੁਬਾਰਾ ਟੈਸਟ ਕਰਵਾਓ। ਜਦੋਂ ਅਸੀਂ ਦੁਬਾਰਾ ਟੈਸਟ ਕਰਵਾਇਆ ਬਾਹਰਲੀ ਲੈਬੋਰਟਰੀ 'ਚ ਜਾ ਕੇ, ਤੇ ਉਹਨਾਂ ਨੇ ਟੈਸਟ ਦੇ ਵਿੱਚ ਅੱਧੇ ਘੰਟੇ ਦਾ ਸਾਨੂੰ ਟਾਈਮ ਦਿੱਤਾ। ਅੱਧੇ ਘੰਟੇ ਬਾਅਦ ਸੁਣੋ, ਤੁਸੀਂ ਕਿਹੜੇ ਹਸਪੀਟਲ ਐਡਮਿਟ ਸੀਗੇ? ਸਰਕਾਰੀ ਹਸਪੀਟਲ ਜਲੰਧਰ। ਓਕੇ, ਉਹਨਾਂ ਦੀ ਰਿਪੋਰਟ ਸੀਗੀ ਕੁਝ HIV ਪੋਜ਼ਿਟਿਵ ਆਇਆ ਸੀ। ਹਾਂਜੀ ਹਾਂਜੀ, ਜਦੋਂ ਡਿਲੀਵਰੀ ਰੂਮ ਦੇ ਵਿੱਚ ਲੇਬਰ ਰੂਮ 'ਚ ਲੱਗ ਗਏ ਸੀਗੇ, ਔਰ ਤੁਸੀਂ ਕਹਿ ਰਹੇ ਹੋ ਕਿ 10 ਵਜੇ ਤੋਂ ਲੈ ਕੇ 5 ਵਜੇ ਤੱਕ 20 ਕੇਸ ਹੋ ਚੁੱਕੇ ਸੀਗੇ। ਹਾਂਜੀ, ਔਰ ਤੁਹਾਡੀ ਭਰਜਾਈ ਦਾ ਜਿਹੜਾ ਕੇਸ ਹੋ ਨਹੀਂ ਰਿਹਾ ਸੀਗਾ, ਹੋ ਨਹੀਂ ਰਿਹਾ। ਜਦੋਂ ਤੁਸੀਂ ਮੈਨੂੰ ਫੋਨ ਕੀਤਾ, ਤੁਸੀਂ ਕਿਹਾ ਰੁਕ ਗਿਆ ਕਿ ਉਹਨਾਂ ਨੂੰ HIV ਪੋਜ਼ਿਟਿਵ ਕਹਿ ਰਹੇ, ਜਦਕਿ ਮੇਰੀ ਭਰਜਾਈ ਨੂੰ ਇਦਾਂ ਦੀ ਕੋਈ ਬਿਮਾਰੀ ਨਹੀਂ ਹੈਗੀ। ਲੇਕਿਨ ਜਦੋਂ ਅਸੀਂ ਪ੍ਰਾਰਥਨਾ ਕੀਤੀ, ਮਤਲਬ ਕਿਹਾ ਕਿ ਤੁਸੀਂ ਰਿਪੋਰਟ ਚੇਂਜ ਕਰਵਾਓ, ਟੈਸਟ ਕਿਸੇ ਹੋਰ ਲੈਬੋਰਟਰੀ ਤੋਂ ਕਰਾ ਕੇ ਲੈ ਕੇ ਆਓ, ਔਰ ਤੁਸੀਂ ਰਿਪੋਰਟ ਦੂਸਰੀ ਜਗ੍ਹਾ ਉੱਤੇ ਜਦੋਂ ਟੈਸਟ ਕਰਵਾਉਣ ਲਈ ਗਏ, ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਵੀ ਇਹੀ ਕਿਹਾ ਕਿ ਪ੍ਰੋਬਲਮ ਜੋ ਸੀਗੀ ਪਹਿਲਾਂ ਸਾਰੀਆਂ ਇਹਨਾਂ ਦੇ ਵਿੱਚ ਆਈ ਹੋਈ ਆ, ਪਰ ਜਿਹੜੀ ਤੁਹਾਡੀ ਪ੍ਰੇਅਰ ਤੋਂ ਬਾਅਦ ਰਿਪੋਰਟ ਆਈ ਉਹਦੇ ਵਿੱਚ ਬਿਲਕੁਲ ਨਾਰਮਲ ਆਈ। ਜਿਹੜੇ ਡਾਕਟਰ ਨੇ ਰਿਪੋਰਟ ਕੀਤੀ ਉਹ ਪਹਿਲੇ ਕਹਿੰਦਾ ਕਿ ਜਿਹੜੀਆਂ ਪਹਿਲੀਆਂ ਰਿਪੋਰਟ ਆਇਆ ਉਹਦੇ ਵਿੱਚ HIV ਪੋਜ਼ਿਟਿਵ ਸੀ, ਤਿੰਨ ਜਗ੍ਹਾ ਦੇ ਵਿੱਚ ਸੀ, ਤਿੰਨ ਜਗ੍ਹਾ ਤੇ ਸੀ। ਲੇਕਿਨ ਜਦੋਂ ਪ੍ਰਾਰਥਨਾ ਕੀਤੀ ਉਸ ਤੋਂ ਬਾਅਦ ਕੀ ਹੋਇਆ? ਨਾਰਮਲ ਆਈ। ਔਰ ਡਾਕਟਰ ਨਾਰਮਲ ਨਾਰਮਲ ਮਤਲਬ ਨਾਰਮਲ ਤਾਂ ਕਿ ਫਿਰ ਵਾਪਸ ਕਰਨਾ ਨਾਰਮਲ ਤਾਂ ਕਿ ਵਾਪਸ HIV ਪੋਜ਼ਿਟਿਵ ਹੀ ਆਇਆ, ਨਾਰਮਲ ਉਹ ਨਹੀਂ। ਹਾਂਜੀ, ਰਿਪੋਰਟ ਕੀ ਆਈ, ਇਸ HIV ਆਇਆ ਕਿ ਜਾਂ ਨਹੀਂ ਆਇਆ? ਨਹੀਂ ਆਇਆ, ਨਹੀਂ ਆਇਆ, ਬੋਲੋ ਹਾਲੇਲੂਯਾ। ਪ੍ਰਾਰਥਨਾ ਤੋਂ ਬਾਅਦ HIV ਪੋਜ਼ਿਟਿਵ ਦੀ ਜਿਹੜੀ ਰਿਪੋਰਟ ਸੀਗੀ, ਪ੍ਰਭੂ ਯਿਸੂ ਮਸੀਹ ਨੇ, ਜੋ ਦੂਸਰੀ ਲੈਬ ਵਾਲੇ ਸੀ ਉਹ ਵੀ ਕਹਿ ਰਹੇ ਸੀਗੇ ਕਿ ਇਹ ਰਿਪੋਰਟ ਬਿਲਕੁਲ ਸਹੀ ਹੈ, ਲੇਕਿਨ ਆਫਟਰ ਪ੍ਰੇਅਰ ਪ੍ਰਾਰਥਨਾ ਤੋਂ ਬਾਅਦ ਉਹੀ ਰਿਪੋਰਟ ਨੂੰ ਪ੍ਰਭੂ ਯਿਸੂ ਮਸੀਹ ਨੇ ਨੈਗੇਟਿਵ ਕਰ ਦਿੱਤਾ। ਕਿੰਨੇ ਲੋਕ ਵਿਸ਼ਵਾਸ ਕਰਦੇ ਆ ਕਿ ਪਰਮੇਸ਼ਵਰ ਦੇ ਸਾਹਮਣੇ ਕੋਈ ਰੋਕ ਵੱਡਾ ਨਹੀਂ, ਉਹ ਆਪਣੇ ਕਦਮਾਂ ਤੇ ਖੜੇ ਹੋ ਸਕਦੇ ਆ। ਹਾਲੇਲੂਯਾ, ਪ੍ਰੇਜ਼ ਦ ਲਾਰਡ।